ਸੇਂਟ ਜੋਸਫ ਕੋਨਵੈਂਟ ਸਕੂਲ ਪਠਾਨਕੋਟ ਮੇਂ ਨਸ਼ਾ ਮੁਕਤ ਸਮਾਜ ਵਿਸ਼ੇ ਪਰ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ, ਜਿਸਮੇਂ ਵਿਸ਼ੇਸ਼ ਰੂਪ ਸੇ DSP ਡਰੱਗਸ ਐਂਡ ਨਾਰਕੋਟਿਕਸ ਦਿਲਬਾਗ ਸਿੰਘ ਔਰ ਵਪਾਰ ਮੰਡਲ ਪਠਾਨਕੋਟ ਕੇ ਮੁਖੀ ਮਨਿੰਦਰ ਸਿੰਘ ਸ਼ਾਮਿਲ ਹੋਏ। ਜਾਣਕਾਰੀ ਦੇਤੇ ਹੋਏ ਪੁਲਿਸ ਅਧਿਕਾਰੀ ਨੇ ਬਤਾਇਆ ਕਿ SSP ਪਠਾਨਕੋਟ ਕੇ ਦਿਸ਼ਾ ਨਿਰਦੇਸ਼ੋ ਮੇਂ ਕੋਨਵੈਂਟ ਸਕੂਲ ਮੇਂ ਨਸ਼ਾ ਮੁਕਤੀ ਵਿਸ਼ੇ ਪਰ ਜਾਗਰੂਕ ਸੈਮੀਨਾਰ ਲਗਾਇਆ ਗਿਆ ਹੈ, ਜਿਸਮੇਂ ਸਕੂਲ ਕੀ ਬੜੀ ਕਕਸ਼ਾਓਂ ਕੇ ਬੱਚੋਂ ਸਮੇਤ ਸਕੂਲ ਅਧਿਆਪਕੋਂ ਨੇ ਹਿੱਸਾ ਲੇਕਰ ਸਮਾਜ ਸੇ ਨਸ਼ੇ ਜੈਸੀ ਸਮਾਜਿਕ ਬੁਰਾਈ ਖਿਲਾਫ ਲੜਨੇ ਔਰ ਇਸਸੇ ਦੂਰ ਰਹਿਨੇ ਕੀ ਸ਼ਪਥ ਲੀ ਹੈ। ਅੱਜ ਅਸੀਂ ਪ੍ਰਿੰਸੀਪਲ ਮੈਮ ਸੇਂਟ ਜੋਸਫ ਕੋਨਵੈਂਟ ਸਕੂਲ ਉਹਨਾਂ ਦੇ ਸੱਦੇ 'ਤੇ ਆਏ ਹਾਂ। ਡਰੱਗ ਦੇ ਇਫੈਕਟ, ਡਰੱਗ ਦੇ ਅਲਾਣਤ ਦੇ ਕੀ ਕਾਰਨ ਆ ਉਹਦੇ ਬਾਰੇ ਜਿਹੜਾ ਇੱਕ ਸ਼ੋਰਟ ਸੈਮੀਨਾਰ ਆਏ ਹਾਂ, ਜਿਹਦੇ ਵਿੱਚ ਜਿਹੜੇ ਬੱਚੇ ਉਹਨਾਂ ਨੂੰ ਇਹਦੇ ਪ੍ਰਭਾਵਾਂ ਤੋਂ ਜਾਣੂ ਕਰਾਇਆ ਗਿਆ ਅਤੇ ਨਸ਼ਾ ਵੇਚਣ ਵਾਲਿਆਂ ਦੀ ਉਹਨਾਂ ਨੂੰ ਸਮਾਜ 'ਚ ਜਿਹੜਾ ਆ ਅਵੇਅਰ ਰਹਿ ਕੇ ਮਦਦ ਕਰਨ ਲਈ ਜਾਂ ਅਡਿਕਟ ਨੂੰ ਕਿਸ ਤਰ੍ਹਾਂ ਆਪਾਂ ਇਸ ਲੜਨ ਤੋਂ ਕੱਢਣਾ ਆ ਉਹਦੇ ਬਾਰੇ ਉਹਨਾਂ ਨੂੰ ਜਿਹੜਾ ਆ ਵਿਸਤਾਰ ਨਾਲ ਜਾਣਕਾਰੀ ਦਿੱਤੀ। ਉਹ ਤਾਂ ਦੇਖੋ ਜੀ, ਇਹ ਤਾਂ ਬੜਾ ਪਹਿਲਾਂ ਤੋਂ ਜਿਹੜਾ ਆ ਕਿਸ ਤਰ੍ਹਾਂ ਸਪਲਾਈ ਚੇਨ ਨੂੰ ਤੋੜਨਾ ਆ, ਡਰੱਗ ਪੈਡਲਰ ਦੀ ਪਛਾਣ ਕਰਨੀ ਆ, ਉੱਥੇ ਕਿਹੜੀ ਕਾਨੂੰਨੀ ਕਾਰਵਾਈ ਕਿਸ ਤਰ੍ਹਾਂ ਉਹਨੂੰ ਅੰਜਾਮ ਤੱਕ ਪਾਉਣਾ, ਉਹ ਆਹ ਡੈਡੀ ਜਿਹੜਾ ਆ ਉਹ ਤਾਂ ਬਾਰ ਅਗੇਂਸਟ ਡਰੱਗ ਉਹਨੂੰ ਕਹਿੰਦੇ ਆ, ਉਹ ਚੱਲਦੀ ਪਈ ਲੈ ਕੇ ਅੱਜ ਅਸੀਂ ਪਠਾਨਕੋਟ ਦੇ ਮਾਨਯੋਗ SSP ਸੁਹੇਲ ਕਾਸਿਮ ਮੀਰ IPS ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਡੈਪੋ ਦੇ ਅੰਤਰਗਤ DSP ਦਿਲਬਾਗ ਸਿੰਘ ਜੀ ਡਰੱਗਸ ਐਂਡ ਨਾਰਕੋਟਿਕਸ ਦੀ ਅਧਿਕਸ਼ਤਾ ਦੇ ਵਿੱਚ ਸੇਂਟ ਜੋਸਫ ਗੌਰਮੈਂਟ ਸਕੂਲ ਪਠਾਨਕੋਟ ਦੇ ਵਿੱਚ ਡਰੱਗ ਅਬਿਊਜ਼ ਉੱਤੇ ਸੈਮੀਨਾਰ ਲਗਾਇਆ। ਰੈਵਰ ਸਿਸਟਰ ਪ੍ਰਿੰਸੀਪਲ ਫਰੀਦਾ ਐਂਡ ਉਹਨਾਂ ਦੇ ਸਾਰੇ ਸਟਾਫ ਨੇ ਸਾਨੂੰ ਅਕੋਮੋਡੇਟ ਕੀਤਾ, ਸਾਨੂੰ ਸਮੇਂ ਦਿੱਤਾ, ਅਸੀਂ ਬੱਚਿਆਂ ਨੂੰ ਸਮਝਾਇਆ ਕਿ ਕਿਸ ਤਰ੍ਹਾਂ ਉਹ ਡਰੱਗਸ ਤੋਂ ਦੂਰ ਰਹਿ ਕੇ ਔਰ ਡਰੱਗਸ ਦੀ ਪਛਾਣ ਕਰਕੇ ਆਪਣਾ ਇੱਕ ਰਿਸਪੋਂਸੀਬਲ ਸਿਟੀਜ਼ਨ ਬਣ ਸਕਦੇ ਹੈ। ਅਤੇ ਅਗਰ ਕੋਈ ਵੀ ਇਹੋ ਜਿਹੀ ਉਹ ਹਰਕਤ ਦੇਖਦੇ ਹੈ, ਕੋਈ ਡਰੱਗ ਐਡਿਕਟ ਦੇਖਦੇ ਹੈ ਜਾਂ ਡਰੱਗ ਪੈਡਲਰ ਦੇਖਦੇ ਹੈ ਤਾਂ ਉਹਦੀ ਸੂਚਨਾ ਉਹ 112 ਨੰਬਰ 'ਤੇ ਦੇ ਸਕਦੇ ਹੈ। ਉਹਦੀ ਸੂਚਨਾ, ਉਹਦਾ ਜਿਹੜਾ ਆਈਡੈਂਟੀ ਹੈ ਉਹ ਸਾਰਾ ਗੁਪਤ ਰੱਖਿਆ ਜਾਂਦਾ ਅਤੇ ਉਹਦੇ 'ਤੇ ਪੁਲਿਸ ਤੁਰੰਤ ਐਕਸ਼ਨ ਲੈਂਦੀ ਹੈ। ਨਾਲ ਹੀ ਨਾਲ ਅਸੀਂ ਦੱਸਿਆ ਕਿ ਅਗਰ ਕੋਈ ਡਰੱਗ ਐਡਿਕਟ ਆਪੇ ਆਪਣੀ ਇੱਛਾ ਨਾਲ ਡਰੱਗਸ ਦੇ ਦਲਦਲ ਤੋਂ ਬਾਹਰ ਨਿਕਲਣਾ ਚਾਹੁੰਦਾ ਉਹ ਡਰੱਗ ਹੀ ਰੀਹੈਬ ਸੈਂਟਰ ਜਿਹੜਾ ਸਿਵਲ ਹੋਸਪਿਟਲ ਦੇ ਵਿੱਚ ਹੈ ਉਹ ਬਿਲਕੁਲ ਫਰੀ ਆਫ ਕੋਸਟ ਹੈ। ਉੱਥੇ ਸਾਰੀਆਂ ਦਵਾਈਆਂ, ਖਾਣਾ ਪੀਣਾ, ਰਹਿਣਾ ਸਭ ਮੁਫ਼ਤ ਹੈ ਸਰਕਾਰ ਵੱਲੋਂ। ਉੱਥੇ ਉਹਨੂੰ ਐਡਮਿਟ ਕਰਾਇਆ ਜਾ ਸਕਦਾ ਅਤੇ ਉਹਨੂੰ ਠੀਕ ਕੀਤਾ ਜਾ ਸਕਦਾ। ਧੰਨਵਾਦ। ਨਮਸਕਾਰ। ਦੁਨੀਆ ਦੀ ਬਿਹਤਰੀਨ ਕੈਥ ਲੈਬ ਵਾਈਟ ਮੈਡੀਕਲ ਕਾਲਜ ਐਂਡ ਹਾਸਪਿਟਲ ਬੁੰਗਲ ਚ ਅਸਟੈਬਲਿਸ਼ ਹੋ ਗਈ ਹੈ। ਸਿੱਧਾ ਵਾਈਟ ਮੈਡੀਕਲ ਕਾਲਜ ਆਓ, ਇਲਾਜ ਕਰਾਓ, ਸਲਾਹ ਰਿਹਾ ਤੁਹਾਡਾ ਭਰਾ ਤੁਹਾਡੇ ਦੁੱਖ ਸੁੱਖ ਚ ਹਾਜ਼ਰ ਹੈ। ਧੰਨਵਾਦ।